ਖਰੀ ਅਕਾਲ ਦੋਸਤੋ ਸਾਡਾ ਟੀਵੀ ਯੂਐਸਏ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਦਿਨ ਭਰ ਦੀਆਂ ਵੱਡੀਆਂ ਖਬਰਾਂ ਦਾ ਵਿਸ਼ੇਸ਼ ਬੁਲਟ ਬੈਬਲ ਗੋਲੀਕਾਣ ਵਿਸ਼ੇਸ਼ ਜਾਂਚ ਦੀ ਮੰਗ ਲਈ ਅਰਜੀ ਮਨਜ਼ੂਰ ਕੋਟਖਪੂਰਾ ਤੇ ਬਹਿਬਲ ਗੋਲੀकांड ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਬੋਲੂ ਸੈਸ਼ਨ ਜੱਜ ਸੁਮੇਤ ਮਲਹੋਤਰਾ ਦੀ ਅਦਾਲਤ ਵਿੱਚ ਲਾਈ ਗਈ ਅਰਜ਼ੀ ਨੂੰ ਸੈਸ਼ਨ ਜੱਜ ਸ਼੍ਰੀ ਸੁਮੇਤ ਮਲਹੋਤਰਾ ਨੇ ਮਨਜ਼ੂਰ ਕਰਦੇ ਹੋਏ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਦੇਣ ਦੇ ਹੁਕਮ ਦਿੱਤੇ ਹਨ ਜਾਣਕਾਰੀ ਅਨੁਸਾਰ ਕੋਟਖਪੂਰਾ ਤੇ ਬਹਿਬਲ ਗੋਲੀकांड ਦੀ ਪੜਤਾਲ ਕਰਦੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜ਼ਿਲ੍ਹਾ ਅਟਾਰਨੀ ਰਾਹੀਂ ਅਦਾਲਤ ਵਿੱਚ ਲਿਖਤੀ ਅਰਜ਼ੀ ਦੇ ਕੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਉੱਪਰ ਗਵਾਹਾਂ ਤੇ ਜਾਂਚ ਏਜੰਸੀਆਂ ਨੂੰ ਦਬਾਉਣ ਦੇ ਦੋਸ਼ ਲਾਇਆ ਹੈ। ਵਿਸ਼ੇਸ਼ ਜਾਂਚ ਟੀਮ ਨੇ ਦਾਵਾ ਕੀਤਾ ਹੈ ਕਿ 19 ਫਰਵਰੀ ਨੂੰ ਉਮਰਾਨਗਲ ਸੈਸ਼ਨ ਕੋਰਟ ਵਿੱਚ ਪੇਸ਼ ਹੋਇਆ ਸੀ ਅਤੇ ਇਸ ਸਮੇਂ ਉਸ ਨਾਲ ਵੱਡੀ ਗਿਣਤੀ ਵਿੱਚ ਅਣਪਛਾਤੇ ਵਿਅਕਤੀ ਸਨ। ਨੌਦੀਪ ਦੇ ਸਾਥੀ ਮਜ਼ਦੂਰ ਆਗੂ ਸ਼ਿਵ ਕੁਮਾਰ ਨੇ ਨੌ ਖਿੱਚੇ ਜਾਣ ਤੇ ਹੱਡੀਆਂ ਟੁੱਟਣ ਦੇ ਸਬੂਤ ਮਿਲੇ। ਪਿਛਲੇ ਮਹੀਨੇ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਮਜ਼ਦੂਰ ਅਦਕਾਸ ਕਟਨ ਦੇ ਪ੍ਰਧਾਨ ਸ਼ਿਵ ਕੁਮਾਰ ਦੀ ਮੈਡੀਕਲ ਰਿਪੋਰਟ ਵਿੱਚ ਗੰਭੀਰ ਸੱਟਾਂ ਸਾਹਮਣੇ ਆਈਆਂ ਹਨ। ਰਿਪੋਰਟ ਵਿੱਚ ਹੱਥਾਂ ਪੈਰਾਂ ਵਿੱਚ ਫ੍ਰੈਕਚਰ ਅਤੇ ਟੁੱਟੇ ਹੋਏ ਨੌ ਸਮੇਤ ਕੁਝ ਗੰਭੀਰ ਸੱਟਾਂ ਹਨ ਇਸ ਤੋਂ ਇਲਾਵਾ ਸੱਤਵੇਂ ਦੇ ਲੱਛਣ ਵੀ ਸਾਹਮਣੇ ਆਏ ਹਨ ਛਤੀਸਗੜ ਦੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਰਾਤ ਨਕਸਲੀਆਂ ਨੇ ਦੋ ਵੱਖ-ਵੱਖ ਥਾਵਾਂ ਤੇ ਆਈ ਈ ਡੀ ਦੇ ਧਮਾਕਾ ਕੀਤੇ ਇਸ ਕਾਰਨ ਦੋ ਜਵਾਨ ਸ਼ਹੀਦ ਹੋ ਗਏ ਤੇ ਇੱਕ ਹੋਰ ਜ਼ਖਮੀ ਹੋ ਗਿਆ ਪੁਲਿਸ ਸੂਤਰਾਂ ਮੁਤਾਬਕ ਸੋਨਪੁਰ थाना ਖੇਤਰ ਸਥਿਤ ਨਾਰਾਇਣਪੁਰ ਸੋਨਪੁਰ ਸ਼ੜਕ ਤੇ ਨਕਸਲੀਆਂ ਨੇ ਇੱਕ ਆਈ ਈ ਡੀ ਦਾ ਧਮਾਕਾ ਕੀਤਾ ਇਸ ਕਾਰਨ ਇੰਡੋ-ਤੀਪਤ ਬਾਰਡਰ ਪੁਲਿਸ ਦੀ 55ਵੀਂ ਬਟਾਲੀਅਨ ਦਾ ਇੱਕ ਜਵਾਨ ਬਾਲਾ ਸਵਾਮੀ ਅਤੇ ਜ਼ਿਲ੍ਹਾ ਰਿਜ਼ਰਵ ਪੁਲਿਸ ਫੋਰਸ ਦਾ ਜਵਾਨ ਕਨੌਰ ਹੁਸ ਮੁੱਖ ਮੰਤਰੀ ਵੱਲੋਂ ਪਿੰਡੂ ਨੌਜਵਾਨਾਂ ਲਈ ਮਿੰਨੀ ਬੱਸ ਪਰਮਿਟ ਨੀਤੀ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਬਰਿੰਦਰ ਸਿੰਘ ਨੇ ਅੱਜ ਇੱਥੇ ਸੀਮਾ ਰਹਿਤ ਮਿੰਨੀ ਬੱਸ ਪਰਮਿਟ ਪਾਲਿਸੀ ਦਾ ਐਲਾਨ ਕੀਤਾ ਜਿਸ ਤਹਿਤ ਪਿੰਡੂ ਨੌਜਵਾਨਾਂ ਲਈ ਅਜਿਹੇ ਪਰਮਟਾਂ ਲਈ ਅਪਲਾਈ ਕਰਨ ਵਾਸਤੇ ਕੋਈ ਸਮਾਂ ਸੀਮਾ ਨਹੀਂ ਹੈ ਇਸ ਮੌਕੇ ਉਨ੍ਹਾਂ ਵੱਲੋਂ ਡਰਾਈਵਿੰਗ ਲਾਇਸੈਂਸਾਂ ਦੀ ਘਰ-ਘਰ ਡਿਲੀਵਰੀ ਸਮੇਤ ਸੂਬਾ ਟਰਾਂਸਪੋਰਟ ਵਿਭਾਗ ਦੇ ਹਾਈ ਟੈਕ ਇੰਸਟੀਚਿਊਟਸ ਦਾ ਨੀ ਪੱਥਰ ਵੀ ਰੱਖਿਆ ਮੁੱਖ ਮੰਤਰੀ ਨੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਨੂੰ ਹੋਰ ਅੱਗੇ ਲਿਆਂਦਿਆਂ ਪਿੰਡੂ ਨੌਜਵਾਨਾਂ ਲਈ 3000 ਮਿੰ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਲਈ ਇਕਾਂਤਵਾਸ ਦੀ ਮਿਆਦ ਛੋਟੀ ਹੋਵੇਗੀ ਰਜੀਜੂ ਅਗਲੇ ਮਹੀਨੇ ਹੋਣ ਵਾਲੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਨਿਸ਼ਾਨੇਬਾਜ਼ਾਂ ਨੂੰ ਪ੍ਰੇਰਿਤ ਕਰਨ ਲਈ ਖੇਡ ਮੰਤਰੀ ਕਿਰਨ ਰਜੀਜੂ ਨੇ ਬੁੱਧਵਾਰ ਨੂੰ ਵਾਅਦਾ ਕੀਤਾ ਕਿ ਟੂਰਨਾਮੈਂਟ ਵਿੱਚ ਇਕਾਂਤਵਾਸ ਦੀ ਮਿਆਦ ਛੋਟੀ ਅਤੇ ਸਹੂਲਤਾਂ ਵਾਲੀ ਹੋਵੇਗੀ ਆਈਐਸਐਸਐਫ ਸੰਯੁਕਤ ਵਿਸ਼ਵ ਕੱਪ ਦਿੱਲੀ ਵਿੱਚ 18 ਤੋਂ 29 ਮਾਰਚ ਨੂੰ ਚੱਲੇ ਹੋਵੇਗਾ ਜਿਸ ਵਿੱਚ ਬ੍ਰਿਟੇਨ ਅਤੇ ਬ੍ਰਾਜ਼ੀਲ ਸਮੇਤ 40 ਦੇਸ਼ਾਂ ਦੇ ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਸੰਧੂ ਤੇ ਤਨਵਾਜ ਜਾਗੋਛੇ ਸ਼ਾਮਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਕਮੇਟੀ ਦੇ ਸਾਬਕਾ ਮੈਂਬਰ ਜਾਗੋ ਪਾਰਟੀ ਸ਼ਾਮਲ ਹੋ ਗਏ ਹਨ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਮੇਟੀ ਦੇ ਸਾਬਕਾ ਮੈਂਬਰ ਸ਼ਮਸ਼ੇਰ ਸਿੰਘ ਸੰਧੂ ਅਤੇ ਹਰਦੇਵ ਸਿੰਘ ਤਨਵਾਸ ਨੇ ਟੂਰਿਸਟ ਤੇ ਟੈਕਸੀ ਕਾਰੋਬਾਰ ਨਾਲ ਜੁੜੇ ਸੈਂਕੜੇ ਸਿੱਖਾਂ ਦਾ ਜਾਗੋ ਪਾਰਟੀ ਚੋਣ ਤੇ ਸਵਾਗਤ ਕੀਤਾ ਦੱਸਣਯੋਗ ਹੈ ਕਿ ਸੰਧੂ ਸਰਨਾ ਧੜੇ ਅਤੇ ਤਨਵਾ ਬਾਦਲ ਧੜੇ ਨੂੰ ਛੱਡ ਕੇ ਜਾਗੋ ਵਿੱਚ ਸ਼ਾਮਲ ਹੋਏ ਹਨ ਪਾਰਟੀ ਦਫ਼ਤਰ ਵਿਖੇ ਹੋਏ ਸਮਾਗਮ ਦੌਰਾਨ ਸੰਧੂ ਅਤੇ ਤਨਵਾ ਨੇ ਜਾਗੋ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਮਰੀਕਾ 'ਚ ਹੋਈ ਸਾਈਬਰ ਕਸਪੈਟ ਨੂੰ ਲੈ ਕੇ ਕੇਰੇ 'ਚ ਰੂਸ ਤਕਨੀਕੀ ਕੰਪਨੀਆਂ ਨੇ ਲਾਇਆ ਦੋਸ਼ ਵਿਸ਼ਵ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ਦਾ ਕਹਿਣਾ ਹੈ ਕਿ ਸਰਕਾਰੀ ਅਤੇ ਕਾਰਪੋਰੇਟ ਨੈਟਵਰਕ ਮਹੀਨੇ ਭਰ ਚੱਲਦੀ ਸਾਈਬਰ ਕੁਸਪੈਟ ਇੰਨੀ ਗੁੰਝਲਦਾਰ, ਕੇਂਦ੍ਰਿਤ ਅਤੇ ਵਿਆਪਕ ਸੀ ਕਿਉਂਕਿ ਇਸ ਦੇ ਪਿੱਛੇ ਕੋਈ ਵੀ ਦੇਸ਼ ਹੋ ਸਕਦਾ ਹੈ। ਇਹਨਾਂ ਤਕਨੀਕੀ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਦੇ ਬਾਰੇ ਵਿੱਚ ਮੌਜੂਦਾ ਸਾਰੇ ਸਬੰਧਤ ਸਬੂਤ ਰੂਸ ਵੱਲ ਇਸ਼ਾਰਾ ਕਰਦੇ ਹਨ। ਸਾਈਬਰ ਕੁਸਪੈਟ ਤੇ ਅਮਰੀਕੀ ਸੰਸਦ ਦੀ ਪਹਿਲੀ ਸੁਣਵਾਈ 'ਚ ਤਕਨੀਕੀ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਇੱਕ ਸਪੈਟ ਸਹੀ, ਉਤਸ਼ਾਹੀ ਅਤੇ ਬਹੁਤ ਵਿਆਪਕ ਸੀ। ਸਾਈਬਰ ਕੁਸਪੈਟ ਨੇ ਗੁਪਤ ਤਰੀਕੇ ਨਾਲ ਅਮਰੀਕਾ ਤੇ ਹੋਰ ਦੇਸ਼ਾਂ ਦੇ ਵਿਸ਼ੇਸ਼ ਮ ਆਹ ਤਾਂ ਦੋਸਤੋ ਇਹ ਸਾਹਨ ਦਿਨ ਪਰਤੀਆਂ ਵੱਡੀਆਂ ਖਬਰਾਂ ਹਰ ਰੋਜ਼ ਤੁਹਾਡੇ ਲਈ ਖਬਰਾਂ ਦਾ ਵਿਸ਼ੇਸ਼ ਬਿਲਟਨ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ